हाँ जी, सत श्री अकाल जी सारिया। वधिया फार्म यूट्यूब चैनल पर तुहाडा स्वागत है जी। किसान वीरो, अज दी जिहड़ी आपां वीडियो बना रहे हैं, शहर जनाला, तहसील भी जनाला, जिला अमृतसर, सोनो वीर कोल अज आपां पहुँच चुके हैं। तो अज की वीडियो दे विच तुहानूं हौले भज तीन गावां दिखाउणियां, तो दो तुहानूं मझां दिखावांगे। जिस तरह कि वीर हर वारी आपां नूं सस्ते भाज पशु विखाउंदा, इस वारी भी वीर जी हुण कहिंदे कि आपां रेट जायज ही करने हैं। आओ हुण गलबात वीर जी नाल करदे हां ते पुछ लैंदा बारे सारी डिटेल। हाँ जी वीर जी, सत श्री अकाल जी। भाई सत श्री अकाल जी, होर सुनाओ, ठीक ठाक जी? वधिया वधिया जी, ठीक ठाक। ਹੋਰ ਲੇਟ ਹੋ ਗਏ ਜਾਂਦੇ ਆ, ਤੁਹਾਨੂੰ ਫੋਨ ਸਵੇਰ ਦਾ ਲਾਇਆ? ਹਾਂਜੀ, ਅੱਜ ਥੋੜਾ ਜਿਹਾ ਲੇਟ ਹੋ ਗਏ। ਚਲੋ, ਕਈ ਵਾਰੀ ਲੱਗ ਜਾਂਦੇ ਟਾਈਮ, ਵੱਧ ਘੱਟ, ਕਈ ਵਾਰ ਜਲਦੀ ਵੀ ਆ ਜਾਈਦਾ। ਜਲਦੀ ਵੀ ਆਈਦਾ ਜੀ, ਠੀਕ ਹੈ। ਤੇ ਪਰਸੋਂ ਵਾਲਾ ਵੇਖ ਗਿਆ? ਪਰਸੋਂ ਵਾਲਾ ਮਾਲ ਵੇਖ ਗਿਆ ਜੀ। ਉਹ ਕੱਲ ਵੀ ਤੁਹਾਨੂੰ ਕਿਹਾ ਪਾਈਏ, ਤੁਸੀਂ ਫਿਰ ਆਖਿਆ ਲੇਟ ਹੋ ਗਏ, ਕੱਲ ਵੀ ਚੱਲ ਗਿਆ। ਹਾਂਜੀ 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 ਹਾਂਜੀ, ਠੀਕ ਹੈ। ਨਾਮ ਦੱਸ ਦੇ ਕਰੀਏ। ਸੋਨੂ ਸੀ ਜਨਾ, ਜ਼ਿਲ੍ਹਾ ਅੰਮ੍ਰਿਤਸਰ, ਠੀਕ ਹੈ। ਹਾਂਜੀ, ਫੋਨ ਨੰਬਰ ਬੋਲ ਦੇ ਕਰੀਏ। 9169656, ਠੀਕ ਹੈ। ਪਹਿਲਾਂ ਕੀ ਵਿਖਾਉਣਾ, ਗਾਵਾਂਗੇ ਮੱਝਾਂ? ਪਹਿਲਾਂ ਮੱਝ ਤੋਂ ਸ਼ੁਰੂ ਕਰਦੀ ਆ ਅੰਦਰੋਂ ਹੀ। ਚਲੋ ਅੰਦਰੋਂ, ਅੰਦਰ ਦੀਆਂ ਵੀਰ ਜੀ ਨੇ ਕਹਿੰਦੇ ਕਿ ਪਹਿਲਾਂ ਵਿਖਾ ਦਈਏ। ਆ ਪਹਿਲੇ ਨੰਬਰ ਤੇ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਹੈ, ਥਣਾ ਦਾ ਸਾਈਜ਼ ਆਪਾਂ ਵੇਖ ਸਕਦੇ, ਕਾਫੀ ਸੋਹਣਾ ਹੈ। ਬਾਕੀ ਮਿਲਕ ਵੇਨ ਵੀ ਚੰਗੀ ਦਿਖਦੀ ਹੈ, ਚਿਹਰਾ ਵੀ ਕਾਫੀ ਖੂਬਸੂਰਤ ਹੈ ਇਹਦਾ, ਆ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਇਹਦੇ ਬਾਰੇ ਦੱਸੀਏ ਜੀ। ਇਹਦਾ ਵੀਰ ਜੀ ਆਜ ਬੱਚਾ ਸੂਈ ਨੂੰ ਹੋ ਗਿਆ, 15-20 ਦਿਨ ਹੋ ਗਏ ਸੂਈ ਨੂੰ। ਅੱਛਾ ਜੀ, ਆਜ ਬੱਚਾ, ਠੀਕ ਹੈ ਜੀ। ਇਹ ਲੀਟਰ ਮਾਰ ਕੇ 9 ਕਿਲੋ। ਅੱਛਾ, 4 ਡੰਗ ਚੋਵੇ, ਭਾਵੇਂ 3 ਡੰਗ ਚੋਵੇ, ਭਾਵੇਂ 2 ਡੰਗ ਚੋਵੇ, ਜਿਹੜੇ 9 ਲੀਟਰ ਦੁੱਧ ਹੈਗਾ ਪੱਕਾ। 9 ਕਿਲੋ ਹੈ ਲੀਟਰ ਵਾਲਾ। ਅੱਛਾ, ਬੱਚੇ ਦਾ ਪਾ ਕੇ ਮਨ 9 ਕਿਲੋ, 8 ਕਿਲੋ ਹੋਗਾ, 24 ਕਿਲੋ ਬੱਚੇ ਦਾ। ਸੂਈ ਨੂੰ ਕਿੰਨਾ ਚਿਰ ਹੋਇਆ ਜੀ? ਸੂਈ ਨੂੰ 15 ਦਿਨ ਹੋਏ ਜੀ। 15 ਕੁ ਦਿਨ ਹੋਏ, ਠੀਕ ਹੈ। ਤੇ ਦੂਜਾ ਸੂਆ ਝੋਟੀ ਹੈ, ਦੂਸਰਾ ਸੂਆ ਝੋਟੀ ਹੈ, ਲਿਆ ਫਿਰ ਖੋਲੋ ਇੱਕ ਵਾਰੀ ਤੋੜੀਏ ਜੀ। 8 ਕਿਲੋ ਦੁੱਧ ਹੈ, ਕੰਡੇ ਵਾਲਾ 8 ਤੋਂ 7.5 ਨਹੀਂ ਹੈਗਾ, 8 ਤੋਂ 7.5 ਹੈਗਾ ਜੀ। ਅੱਛਾ ਜੀ, 808 ਲੀਟਰ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਹੁਣ ਹੈਗਾ। ਚਵਾਈ ਵੀਰ ਜੀ ਕਿੰਨੇ ਕੁ ਵਜੇ ਹੋਈ? ਚਵਾਈ ਜੀ ਕੋਈ ਗਲਤ ਹੋਵੇ, ਕਿਸੇ ਤਰ੍ਹਾਂ ਦਾ ਫਾਲਟ ਹੋਵੇ ਆਪਾਂ ਜ਼ਿੰਮੇਵਾਰ ਹੈ। ਕੋਈ ਭੂਰ ਛੱਟਾ ਹੈ, ਪੋਲੀ ਰੋ ਵਰਗੀ ਕੁੜੀ ਹੋਈ, ਪੋਲੀ ਬਹੁਤੀ ਜ਼ਿਆਦੀ ਆ, ਠੀਕ ਹੈ। ਜਵਾਬ ਬਿਲਕੁਲ ਓਕੇ ਲੱਗਾ ਜੀ, ਕੋਈ ਭੂਰ ਛੱਟਾ ਨਹੀਂ, ਬਿਲਕੁਲ ਓਕੇ ਜਵਾਬ, ਠੀਕ ਹੈ। ਬਾਕੀ ਇਹ ਨਹੀਂ ਝੋਟੀ, ਉਹਦਾ ਠੰਡੀ ਤੇਰੀ ਝੋਟੀ ਵੇਖੋ। ਹਾਂਜੀ, ਠੀਕ ਨੰਗ ਲੈਣਾ ਕਰਦੇ ਕੋਈ ਨਾ, ਇਹਨੂੰ ਨਹੀਂ ਪਰਵਾਹ ਗਈ, ਠੀਕ ਹੈ। ਠੰਡੀ ਤੇਰੀ ਆ, ਹਾਂ ਲਿਆ ਫਿਰ ਲੈ ਜਾ ਬੰਦ ਇਹਨਾਂ ਦੇ। ਆ ਝਾਂਜਰਾ ਪਾਤੀਆਂ, ਝਾਂਜਰਾ ਪਾਤੀਆਂ ਆ ਜੀ ਬੱਚਾ, ਮਾਰ ਦਿਓ, ਠੀਕ ਹੈ ਜੀ। ਲਿਆ ਬੰਦ ਆ ਫਿਰ ਇਹਨਾਂ, ਸੋਹਣੀ ਝੋਟੀ ਆ, ਬਾਕੀ ਕੱਦ ਵੀ ਚੰਗਾ ਤੇ ਥਾਨ ਥਾਨ ਬੜਾ ਪਿਆਰਾ। 8-9 ਲੀਟਰ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਬੱਚੇ ਦਾ 9 ਕਿਲੋ ਬੱਚੇ ਵਾਲਾ ਪਾ ਕੇ 9 ਦਾ 8 ਕਿਲੋ ਪੱਕਾ ਲੀਟਰ ਆ ਗਿਆ। ਅੱਛਾ ਜੀ, ਹਾਂਜੀ। ਤੇ ਮੁੱਲ ਫਿਰ ਇਹਦਾ? ਮੁੱਲ ਇਹਦਾ ਵੀਰ ਜੀ 52,000 ਜੀ। 52,000, ਹਾਂਜੀ। ਇਹ ਕਿੰਨੇ ਦੇਣੀ ਫਿਰ? 50 ਹੀ ਦੇ ਦਾਂਗੇ। 50 ਦੇ ਦੋਗੇ, ਹੋ ਜੂ ਮਨ ਤਨ, ਉਹ ਛੱਡ ਦਾਂਗੇ ਯਾਰ। ਅੱਛਾ, ਹਾਂਜੀ, 48,000 ਦੀ ਭਾਈ ਦੇ ਦਾਂਗੇ। 48,000 ਦੀ ਦੇ ਦੋਗੇ, ਪਰ ਦੁੱਧ ਚਵਾ ਕੇ ਦਵਾਂਗੇ, ਮੇਰੇ ਕੋਲ ਰਹਿਣ ਲਈ ਵੀ ਰਵੇ, ਵੀ ਕੋਈ ਆਣ ਕੇ ਵੀਰ ਦੇ ਸਕਦਾ ਮਤਲਬ ਰਾਤ। ਸੋਈ ਨੂੰ ਕਿੰਨੇ ਕੁ ਦਿਨ ਹੋਏ ਜੀ? 15 ਕੁ ਦਿਨ ਹੋ ਗਏ ਆਜ ਬੱਚਾ ਇਹਦਾ, ਠੀਕ ਹੈ। ਭਾਵੇਂ ਮੇਰੇ ਕੋਲ ਰਵੇ, ਕੋਈ ਰਾਤ ਆਣ ਕੇ ਰਵੇ, ਭਾਵੇਂ 2 ਡਾਂਗੇ ਨੂੰ ਚੋਕੇ ਖੜੇ, ਠੀਕ ਹੈ ਜੀ। ਹੋਰ ਛੱਟਾ ਥਣ ਘੱਟ ਵੱਧ ਹੋਵੇ, ਉਹ ਜ਼ਿੰਮੇਵਾਰ ਆਪਾਂ ਦੇ, ਠੀਕ ਹੈ ਜੀ। ਹਾਂਜੀ, ਆ ਹੁਣ ਦੂਸਰੇ ਨੰਬਰ ਦੇ ਇੱਕ ਜਰਸੀ ਗਾਂ ਤੁਹਾਨੂੰ ਦਿਖਾ ਦਈਏ। ਹਾਂਜੀ ਵੀਰ ਜੀ, ਦੱਸੀਏ ਜੀ ਇਹਦੇ ਬਾਰੇ ਵੀ। ਇਹ ਵੀ ਜੀ 24 ਜੀ ਮੂੰਹ। ਅੱਛਾ ਜੀ, ਉਧਰ ਹੋਊਗਾ 6 ਕਿਲੋ, ਅਸੀਂ 5 ਕਿਲੋ ਦੀ ਗੰਡੀ ਦਵਾਂਗੇ ਲੀਟਰ ਵਾਲਾ। ਅੱਛਾ ਜੀ, ਹੋਊਗਾ 6 ਕਿਲੋ, ਆਈ ਨੂੰ ਜਦ ਠੰਡ ਹੋਣ ਦਾ ਬਗੈਰ ਫਰਕ ਪੈ ਜਾਂਦਾ ਵਾ। ਹਾਂਜੀ ਹਾਂਜੀ, ਹੋਊਗਾ 6 ਕਿਲੋ, ਬਸ ਅਸੀਂ 5 ਕਿਲੋ ਦੀ ਗੰਡੀ ਦਵਾਂਗੇ ਜੀ, ਠੀਕ ਹੈ। ਤੇ ਸੂਆ ਕਿੰਨਵਾਂ ਜੇ? ਸੂਆ ਪਹਿਲਾ ਜੀ 24 ਜੀ ਮੂੰਹ ਵੀ। ਅੱਛਾ ਜੀ, ਹਾਂਜੀ, ਆ ਦੇ ਸਾਦੇ ਜੀ, ਜਰਸੀ ਵੈਟ ਸੋਹਣੀ ਹੈ ਵੀ, ਮੂੰਹ ਜਿਹੜੀ 4 ਦੰਦ ਤੇ। ਹਾਂਜੀ, ਠੀਕ ਹੈ ਵੀਰ ਜੀ। ਹਾਂਜੀ, ਪੰਜ 6 ਕਿਲੋ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਹੈਗਾ ਤੇ ਅਗਾ ਮਹੀਨਾ ਮਲਾ ਆਂਦੇ ਬਣੀ ਨੂੰ ਹੋ ਗਿਆ, ਪਰ ਆਪਾਂ ਗਰੰਟੀ ਨਹੀਂ ਕੋ ਦਿੰਦੇ, ਠੀਕ ਹੈ। ਪਰ ਤੇ ਟੀਕਾ ਭਰਾਇਆ, ਪਰ ਗਰੰਟੀ ਕੋਈ ਨਹੀਂ। ਤੇ ਮੁੱਲ? ਮੁੱਲ ਇਹਦਾ 10,000 ਭਾਈ। 10,000 ਕਿੰਨੇ ਦੇ ਦੋਗੇ? ਜਿਹੜਾ ਮਾਨਤਾ 9 ਦੀ ਦਵਾਂਗੇ, ਜਿਹੜਾ ਮਾਨਤਾ ਨਹੀਂ ਕਰਦਾ, ਮੁੜ ਕੇ ਵੀਰ ਕੋ ਆਖੇ 7 ਦੀ ਤੇ 8 ਦੀ ਤੇ 9 ਦੀ ਪੱਕੇ ਦੋਗੇ। ਅੱਛਾ, 9,000 ਦੀ ਦੋਗੇ। ਹਾਂਜੀ, ਭਾਵੇਂ ਮੇਰੇ ਘਰ 2 ਡੰਗ ਭਾਈ ਜੋ ਹੋਵੇ। ਅੱਛਾ ਜੀ, ਮੈਂ ਵੰਡ ਵੁੰਡ ਪਾਉਂਦਾ ਘੱਟ, ਮੈਂ ਰੋਟੀਆਂ ਪਾਉਂਦਾ ਜੀ। ਅੱਛਾ ਜੀ, ਮੈਂ ਕਹਿੰਦਾ ਫੀਡ ਪਾਉਣਾ, ਮੈਂ ਖਲ ਪਾਉਣਾ, ਆਪਣਾ ਮੈਂ ਰੋਟੀਆਂ ਪਾਈ ਦੀਆਂ ਮਜੇ। ਅੱਛਾ, ਰੋਟੀਆਂ ਪਾਈ ਦੀਆਂ, ਰੋਟੀਆਂ ਦਾ ਵੱਧ ਡੰਗਾ, ਤੁਹਾਨੂੰ ਪਤਾ ਕਿਸੇ ਦੇ ਘਰ ਜਾ ਕੇ ਮੈਨੂੰ ਕੋਈ ਪਾ ਤੇ ਪਤਾ ਫਰਕ ਪੈ ਜਾਂਦਾ ਵਾ, ਠੀਕ ਹੈ ਠੀਕ। ਮੈਂ ਰਾਤ ਨੂੰ ਭਿਉਂਦੀ ਆ ਵਾ, ਹਾਂਜੀ, ਸਵੇਰੇ ਆਪਾਂ ਰੋਟੀਆਂ ਪਾਣੀਆਂ ਤੂੜੀ ਦੇ, ਠੀਕ ਹੈ। ਹਾਂਜੀ, ਲਿਆ ਫਿਰ ਬੰਨੀ ਇਹਨਾਂ ਵੀ ਪਾਣੀ ਦਾ ਹੀ ਪੀਣੇ, ਵੀ ਪੀ ਲੈਂਦਾ ਵਿੱਚ ਪਾਣੀ ਨੂੰ ਇਹਦਾ ਕਰੀ, ਤੁਹਾਨੂੰ ਲੱਗ ਗਿਆ ਤਾਂ ਫਿਰ ਤਾਂ ਦਿਖਾ ਦਈਏ। 9,000 ਦੀ ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇਵਾਂਗੇ 5-6 ਲੀਟਰ ਦੁੱਧ ਜਿਹੜਾ ਇਹਦੇ ਕੋਲ ਦੱਸਦੇ ਹੁਣ ਹੈਗਾ, ਬਾਕੀ 4 ਦਾਂਦੇ ਮੂੰਹ। ਹੁਣ ਤੁਹਾਨੂੰ ਤੀਸਰੇ ਨੰਬਰ ਤੇ ਮੱਝ ਇੱਕ ਹੋਰ ਤੁਹਾਨੂੰ ਦਿਖਾਈਏ, ਥੋੜਾ ਡਰਦੀ ਆ ਇਹ ਵੀ ਸਾਡੇ ਕੋਲ। ਹਾਂਜੀ,
ਇਹਦੇ ਬਾਰੇ ਦੱਸਿਆ ਵੀ ਜੀ ਕੋਈ ਜੀ ਦੁੱਧ 7 ਕਿਲੋ ਜੇ ਅੱਛਾ ਜੀ ਪਰ ਜੀ ਆਪਾਂ 6 ਕਿਲੋ ਦੀ ਗਰੰਟੀ ਦਵਾਂਗੇ ਦੁੱਧ ਦੀ 6 ਲੀਟਰ ਦੀ ਗਰੰਟੀ ਦਵਾਂਗੇ ਦੋਵੇਂ ਟਾਈਮ ਮੇਰੀ ਪਾੜੇ ਨਾ ਪਰ ਕਿਸੇ ਦੇ ਘਰ ਜਾ ਕੇ ਦਿਹਾਈ ਨਾਲ ਟੀਕਾ ਲਵਾ ਦਈਏ ਅੱਛਾ ਜੀ ਤੁਹਾਡੇ ਘਰ ਪਾੜੇ ਤੇ ਹੀ ਪਾੜੇ ਦੋਵੇਂ ਟਾਈਮ ਪਾੜੇ ਮਿਲਦੀ ਆ ਠੀਕ ਹੈ ਕਿਸੇ ਦੇ ਘਰ ਟੀਕਾ ਲਵਾ ਦਈਏ ਜਾਂ ਜਾ ਕੇ ਠੀਕ ਹੈ ਚਵਾ ਵਧੀਆ ਓਕੇ ਦੁੱਧ 6-7 ਲੀਟਰ ਹੈਗਾ ਪੱਕਾ 7 ਕਿਲੋ ਨਹੀਂ ਤੇ 6 ਕਰਕੇ ਲਾਓ ਅੱਛਾ ਜੀ 6 ਕਿਲੋ ਪੱਕਾ ਲੀਟਰ ਆ ਦੋ ਠੀਕ ਇਹਦਾ ਮੁੱਲ ਇਹਦਾ ਮੁੱਲ ਕਰ ਲਵਾਂ 40 ਕਰੀਏ 37 ਹਜ਼ਾਰ ਦਾ ਮੈਂ 36 ਦੇ ਦਵਾਂਗੇ 36 ਦੇ ਦੋਗੇ ਉਹ ਚ ਵੀ ਜੇ ਮੰਨਤਨ ਨਹੀਂ ਉਹ ਚ ਨਹੀਂ ਹੋਣਾ ਮੰਨਤਨ ਹੋਣਾ 36 ਚ ਨਹੀਂ ਹੋਣਾ 36 ਹੁੰਦਾ ਕਿ ਭਾਈ 30 ਹਜ਼ਾਰ ਦੀ ਦੋ ਮਤਲਬ ਪਿੱਛੇ 30-32 ਹਜ਼ਾਰ ਦੀ ਦੋ ਨਾ ਬਜੇ ਕਿਹੜੀ ਪਲੀ ਵਿਖ ਰਾਜੀ ਕਿ ਹਾਂਜੀ ਹਾਂਜੀ ਰਾਜੀ ਸੂਈ ਨੂੰ ਮਤਲਬ ਮਹੀਨੇ ਤੋਂ ਵੱਧ ਟਾਈਮ ਨੂੰ ਹੋ ਗਿਆ ਜੀ ਠੀਕ ਹੈ ਲਿਆ ਫਿਰ ਤੋਰੋ ਇੱਕ ਕਰੀ ਇਹਨਾਂ ਨੂੰ ਥਾਣੇ ਦੇ ਇੱਕ ਕਰੀ ਲੱਗ ਕੇ ਦਿਖਾ ਦਈਏ ਇੱਥੋਂ ਚਲੋ ਬਾਹਰ ਕੱਢ ਕੇ ਦਿਖਾਉਂਗੇ ਡਰਦੀ ਆ ਥੋੜਾ ਜਿਹਾ 6 ਲੀਟਰ ਦੁੱਧ ਜਿਹੜਾ ਵਿਰਜਨ ਕਹਿੰਦੇ ਕਿ ਹੁਣ ਇਸ ਟਾਈਮ ਇਹਦੇ ਕੋਲ ਹੈ ਬਾਹਰ ਹੋਊਗਾ ਚਾਹ ਦਾ ਵੱਧ ਥਾਣੇ ਦਿਖਾ ਰਹੀ ਹੈ ਵਿਰਜਨ ਆਂਦੇ ਸਾਦੇ ਜੀ ਪਹਿਲਾ ਸੁਆ ਜੀ ਅੱਛਾ ਜੀ ਸੁਆ ਪਹਿਲਾ ਜੀ ਪਹਿਲਾ ਸੁਆ ਹੀ ਹੈ ਵਿਰਜਨ ਹੀ ਦੱਸਦੇ ਹੁਣ ਜੀ ਜਿਹੜਾ ਬੋਡੀ weight ਚੰਗਾ ਤੇ 37,000 ਦੀ ਵਿਰਜਨ ਕਹਿੰਦੇ ਕਿ ਆਪਾਂ ਦਵਾਂਗੇ ਸਮਾਨ ਇਹਦੇ ਕਰੀ ਲੱਗ ਗਏ ਤਾਂ ਦੇਖ ਸਕਦੇ ਪਿੱਛੇ ਵੀ ਥਾਣੇ ਕਰੀ ਦੇਖ ਸਕਦੇ ਆਪਾਂ ਆਹ ਜਿਹੜੀਆਂ ਹੁਣ ਬਾਹਰ ਵੀ ਗਾਵਾਂ ਬੰਨੀਆਂ ਇਹਨਾਂ ਬਾਰੇ ਵੀ ਦੱਸੀਏ ਹਾਂਜੀ ਵੀਰ ਜੀ ਜਿਹੜੀ ਕਾਲੀ ਗਾਂ ਬੰਨੀ ਫਿਰ ਇਹਦੇ ਬਾਰੇ ਜਲਸੀ ਜ ਹੁੰਦੀ ਜਦੋਂ ਅੱਛਾ ਜੀ ਜਲਸੀ ਜ ਲਾ ਲਉਂਦੀ ਹੈ ਜਲਸੀ ਜਦੋਂ ਠੀਕ ਹੈ ਹਾਂਜੀ ਇਹ ਕੋ ਦੁੱਧ ਹੈ 8 ਕਿਲੋ ਭਾਜੀ 8 ਕਿਲੋ ਹਾਂ ਤੇ ਇਹ ਕਿੰਨੇ ਦੇ ਦੇਣੀ ਇਹਦਾ ਬਸ 7 ਕਿਲੋ ਅਸੀਂ ਗੱਡੀ ਦਵਾਂ ਦੁੱਧ ਦੀ ਠੀਕ ਹੈ 8 ਕਿਲੋ ਬਸ 7 ਕਿਲੋ ਦੁੱਧ ਦੀ ਠੀਕ ਹੈ ਇਹ ਭਾਈ ਜਿਹੜਾ 12,000 ਦੀ 12,000 ਦੀ ਹਾਂਜੀ 24 ਨੰਬਰ 1 ਹਾਂਜੀ ਹਾਂਜੀ ਪਰ ਉਹਦੇ 2.5 ਮਹੀਨੇ ਨੂੰ ਬਣੀ ਨੂੰ ਹੋ ਗਏ ਚੈੱਕ ਉਹਦਾ ਕਰਾਉਣੀ ਪਰ ਹਜੇ ਕਰਾਈ ਨਹੀਂ ਆ ਅੱਛਾ ਅੱਛਾ ਬਣੀ ਨੂੰ 2.5 ਮਹੀਨੇ ਹੋ ਗਏ ਆ ਬਣੀ 2.5 ਮਹੀਨੇ ਹੋ ਗਏ ਚੈੱਕ ਨਹੀਂ ਹੋਈ ਚੈੱਕ ਨਹੀਂ ਸੌਂ ਦੀ 10 ਤਰੀਕ ਨੂੰ ਉਹਦੇ ਬਣੀ ਜੇ ਲਾ ਲਓ ਹਿਸਾਬ ਤੇ ਚੈੱਕ ਕਰਵਾ ਕੇ ਲਿਜਾ ਸਕਦਾ ਕੋਈ ਚੈੱਕ ਕਰਾ ਲਏ ਜੇ ਖਾਲੀ ਹਿਸਾਬ ਨਾਲ ਹੀ ਤੇ ਉਦਾਂ ਵੀ ਦਵਾਂਗੇ ਉਹ ਚੈੱਕ ਨਹੀਂ ਹੋਈ ਪਰ ਆਹੋ ਮਤਲਬ ਕਿ ਚੈੱਕ ਕਰਵਾ ਲਏ ਤੇ ਅਗਲੇ ਦੀ ਕਿਸਮਤ ਜੇ ਨਿਕਲਾਈ ਤੇ ਠੀਕ ਮਤਲਬ ਕਿ ਦਵਾਂਗੇ ਉਦਾਂ ਇੰਨੇ ਦੀ 12,000 ਦੀ ਜਿੱਦਾਂ ਚੈੱਕ ਪਾਸ ਤੋਂ ਬਿਨਾ ਹਾਂਜੀ ਚੈੱਕ ਨਿਕਲਾਵੇ ਫਿਰ ਤਾਂ ਹੀ ਵਾਧੀ ਮੁੱਲ ਕਰਨਾ ਇਹਦਾ ਉਹ ਤੇ ਅੱਛਾ ਆਹੋ ਫਿਰ ਤੇ ਮੁੱਲ ਵੱਧ ਹੋਊ ਇਹਦਾ ਅੱਛਾ ਮਤਲਬ ਹੀ ਉਹ ਇਦਾਂ ਹੀ ਨਿਆ ਮੁੱਲ ਕਰਨਾ ਇਹਦਾ ਅੱਛਾ ਅੱਛਾ ਜੇ ਭਾਈਆਂ ਮੇਰਾ ਡਾਕਟਰ ਕਿਸੇ ਚੈੱਕ ਕਰਦਾ ਤੇ ਕਰਾ ਦੇਣਗੇ ਅੱਛਾ ਅੱਛਾ ਠੀਕ ਹੈ ਚੱਕ ਦੇ ਸਾਨੂੰ ਚੱਕ ਦਾ ਮੁੱਲ ਅਸੀਂ ਇਦਾਂ ਭਾਈ ਦਵਾਂਗੇ ਇਦਾਂ 12,000 ਦੀ ਦਵਾਂਗੇ ਹੁਣ ਦੁੱਧ ਕਿੰਨਾ ਇਹਦੇ ਕੋਲ 8 ਕਿਲੋ ਉੱਪਰ 7 ਕਿਲੋ ਦੀ ਗੰਡੀ ਦਵਾਂਗੇ 7 ਲੀਟਰ ਤੇ 12,000 ਐ ਚਵਾ ਵਧੀਆ ਬੰਗੇ ਤੋਂ ਬਿਨਾ ਲਿਆ ਫਿਰ ਤੋਰ ਦਈਏ ਬੰਗੇ ਤੋਂ ਬਿਨਾ ਕੋਈ ਬੰਗਾ ਬੁੰਗਾ ਨਹੀਂ ਅੱਛਾ ਜੀ ਵੀਰ ਜਿਹੜੇ ਕਹਿੰਦੇ ਕਿ ਕੋਈ ਰੱਸੀ ਨਹੀਂ ਪਾਉਣੀ ਆਪਾਂ ਹਾਂ ਰੱਸੀ ਨਾ ਭੁੜਕਦੀ ਜੇ ਬੰਗੇ ਬੁੰਗਾ ਨਹੀਂ ਕੋਈ ਨਹੀਂ ਠੀਕ ਹੈ ਬੰਗੇ ਤੋਂ ਬਿਨਾ ਹੀ ਖਾਣੇ ਦੇ ਵੀ ਤੁਹਾਨੂੰ ਇੱਕ ਵਾਰੀ ਲੱਗ ਕੇ ਦਿਖਾ ਦਈਏ ਥਣਾ ਦਾ ਸਾਈਜ਼ ਵੀ ਜਿਹੜਾ ਚੰਗਾ ਹੈ ਤੇ 12,000 ਦੀ ਵੀਰ ਜੀ ਨੇ ਕਹਿੰਦੇ ਕਿ ਆਪਾਂ ਦਵਾਂਗੇ ਬਾਕੀ ਮੌਕੇ ਦੇ ਮਾਨਤਾਂ ਤੇ ਥੋੜਾ ਬਹੁਤ ਹੋ ਹੀ ਜਾਂਦਾ ਚਲੋ ਕੋ ਵੀਰ ਆਪਣੇ ਘਰ ਚੈੱਕ ਕਰਾ ਲਾ ਸੌਣ ਦੀ 10 ਤਰੀਕ ਦੇ ਤੇ ਬਣੀ ਆ ਹਾਂਜੀ ਮਤਲਬ ਸੌਣ ਤੋਂ ਲਾ ਲਓ ਕਿੰਨਾ ਚਿਰ ਹੋ ਗਿਆ ਹੈ ਹੁਣ ਠੀਕ ਹੈ ਹਾਂ 3 ਮਹੀਨੇ ਹੋ ਹੀ ਗਏ ਆ ਅੱਛਾ ਜੀ ਚਲੋ ਕੋਈ ਨਹੀਂ ਆਪੇ ਜਿਹੜਾ ਕੋਈ ਚੈੱਕ ਕਰਾ ਲੈ ਜਿੱਦਾਂ ਭਾਈ ਦੀ ਐਂਡ ਅਸੀਂ ਗਰੰਟੀ ਚ ਸੌਣ ਨਹੀਂ ਦਿੰਦੇ ਕੋਈ ਹਾਂਜੀ ਹਾਂਜੀ ਇਹ ਗਰੰਟੀ ਨਹੀਂ ਕੋਈ ਦਿੰਦੇ ਪਰ ਅਸੀਂ ਚੈੱਕ ਨਹੀਂ ਕਰਾਈ ਡਾਕਟਰ ਕੋਲ ਕਰਾਉਣੀ ਸੀ ਠੀਕ ਡਾਕਟਰ ਦੇ ਭਣੇਵੇਂ ਦਾ ਵਿਆਹ ਉੱਥੇ ਗਿਆ ਉਹ ਅੱਛਾ ਅੱਛਾ ਹਾਂਜੀ ਠੀਕ ਹੈ ਹਾਂਜੀ ਪਾਣੀ ਜਿਹੜਾ ਵੈੜ ਨੇ ਪੀ ਲਿਆ ਤੋਰ ਕੇ ਕਰੀ ਤਾਂ ਨੇ ਦਿਖਾ ਰਹੀ ਆ ਦੇਖ ਸਕਦੇ ਜੀ 7 ਲੀਟਰ ਦੁੱਧ ਜਿਹੜਾ ਇਸ ਟਾਈਮ ਇਹਦੇ ਕੋਲ ਹੈਗਾ ਕਹਿੰਦੇ ਤੇ 12,000 ਵੱਧ ਉੱਪਰ ਹੀ 7 ਕਿਲੋ ਕਹਿੰਦੇ ਆ ਅੱਛਾ ਜੀ ਹਾਂਜੀ ਕਿਹਲੇ ਘਰ ਵਾਲੇ ਚਵਾਈ ਦਾ ਕੋਈ ਫਰਕ ਥੋੜਾ ਬਹੁਤ ਪੈ ਜਾਂਦਾ ਚੋਂ ਚ ਹਾਂਜੀ ਹਾਂਜੀ ਚਵਾਈ ਦਾ ਘਰ ਵਾਲੇ ਚਵਾਈ ਦਾ ਫਰਕ ਬੜਾ ਹੁੰਦਾ ਜੀ ਅੱਛਾ ਜੀ ਹਾਂਜੀ ਬਾਕੀ ਫੈਟ ਜਿਹੜੀ ਇਹਦੀ ਵੀ ਚੰਗੀ ਹੋਣੀ ਹੈ ਉਂਝ ਵੀ ਚਲੋ ਠੀਕ ਆ ਆ ਹੁਣ ਤੁਹਾਨੂੰ ਐਂਡ ਤੇ ਇੱਕ ਹੋਰ ਤੁਹਾਨੂੰ ਗਾਂ ਤੁਹਾਨੂੰ ਦਿਖਾਉਣੀ ਹੈ ਥਾਣੇ ਤੇ ਤੁਹਾਨੂੰ ਇੱਕ ਵਾਰੀ ਦਿਖਾਈ ਦਈਏ ਮਿਲਕ ਮੇਨ ਵੀ ਆਪਾਂ ਦੇ ਸਕਦੇ ਸੋਹਣੀ ਹਾਂਜੀ ਵਿੱਚ ਦੱਸੀਏ ਜੀ ਇਹਦੇ ਬਾਰੇ ਦੁੱਧ 6 ਕਿਲੋ ਜੀ ਅੱਛਾ ਜੀ 6 ਕਿਲੋ ਦੁੱਧ ਆ ਠੀਕ ਹੈ ਤੇ ਇਹਦਾ ਸੁਆ ਕਿੰਨਾ ਜੀ ਇਹਦਾ ਸੁਆ ਪਹਿਲਾ ਜੀ ਅੱਛਾ ਵੀ ਪਹਿਲਾ ਸੁਆ ਹੀ ਹੈ ਠੀਕ ਹੈ ਹਾਂਜੀ ਤੇ ਇਹ ਕਿੰਨੇ ਦੀ ਦੇਣੀ ਫਿਰ ਆਪਾਂ ਜਿਹੜਾ ਭਾਈ 8,000 ਦੀ 7500 ਦੀ ਦਾਂਗੇ 7500 ਦੀ ਹਾਂ ਇਹ ਵੀ 7 ਦੀ ਨਹੀਂ ਕਰੋਗੇ ਚਾਹ ਵੀਰ ਭਰਾ ਦੇ ਬੜੇ ਦੋਗੇ ਫੋਨ ਆਏ ਭਾਈ ਸਾਨੂੰ ਚਾਹ ਪਾਣੀ ਬਾਅਦ ਲਿਆ ਕੇ ਦਿਓ ਸਾਡੀ ਗਾਵਾਂ ਮਰ ਗਈਆਂ ਦੋਗ ਅੱਛਾ ਜੀ ਉਹ ਵਾਲੀ ਮੈਂ ਚਲੋ ਲਿਆ ਦੇ ਵੇਖੋ ਠੀਕ ਤੇ ਸੀਲ ਭਾਈ ਇੰਨੀ ਜਿਆਦੀ ਕੋ ਸਾਫੀ ਹੈ ਠੀਕ ਹੈ ਬੜੀ ਸੀਲ ਹੈ ਨਹੀਂ ਕੋ ਲੱਤ ਨੂੰ ਤਮਾਰ ਵਾਲੀ ਉਹ ਠੰਡੀ ਧੀਰੀ ਹੈ ਜਿੰਨਾ ਮਰਜ਼ੀ ਬਹੁਤ ਥੱਲੇ ਦੇ ਅੱਛਾ ਜੀ ਹੈ ਠੰਡੀ ਸੀਲ ਬੜੀ ਹੈ ਠੀਕ ਹੈ ਹਾਂ ਹਾਂ ਨਾ ਇਹਦਾ ਕਦੀ ਦੇਖ ਸਕਦੇ ਤੋਰਦੇ ਵੀਰ ਜੀ ਕਰੀ ਅੰਦਰ ਨੂੰ ਠੀਕ ਹੈ ਵੀਰ ਜੀ ਬੰਦ ਹੈ ਜੀ ਇਹ 7 ਦੀ ਕਰ ਦੋਗੇ ਪੂਰੇ ਦੀ ਸਰ ਕਰ ਲਾਂਗੇ ਭਾਈ ਅੱਛਾ 7000 ਦੀ ਵੀਰ ਜੀ ਨਹੀਂ ਕਹਿੰਦੇ ਕਿ ਆਪਾਂ ਜਿਹੜੀ ਆ ਦਵਾਂਗੇ ਦੁੱਧ ਕਿੰਨਾ 6 ਲੀਟਰ 6 ਕਿਲੋ ਜੀ ਠੀਕ ਹੈ ਵਧੂਗੀ ਦੁੱਧ ਕਰੂਗਾ 8 ਕਿਲੋ ਅੱਛਾ ਜੀ ਮੈਂ ਵੀ ਰਾਤੀ ਆਈ ਮੇਰੇ ਕੋਲ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਫਿਰ ਬਹੁਤ ਮਿਹਰਬਾਨੀ ਭਾਈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ 5 ਵੀਰ ਜੀ ਉਹਨਾਂ ਨੇ ਮਕਾਊ ਕੀਤੇ ਤੇ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਚਵਾਈ ਕਰੇ ਤੇ ਫਿਰ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ